ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਭਗ ਤੁਸੀਂ ਸਾਰਿਆਂ ਨੇ ਕਾਫੀ ਕੈਂਪਸ ਅਟੈਂਡ ਕੀਤੇ ਨੇ, ਇਸ ਕੈਂਪ ਦਾ ਪਰਪਸ ਕੀ ਹੈ? ਠੀਕ ਹੈ, ਮਤਲਬ ਉਹ ਚੀਜ਼ਾਂ ਜੇ ਸਮਾਜ ਵਿੱਚ ਅਵੇਲੇਬਲ ਨਹੀਂ ਹੈ ਜਿਹੜੀ ਚੀਜ਼ਾਂ, ਉਹਦੇ ਬਾਰੇ ਅਸੀਂ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਗੁਰੂ, ਅਸੀਂ ਗੁਰਮੁਖੀ ਦੇ ਬਾਰੇ ਸਿੱਖਦੇ ਹਾਂ, ਠੀਕ ਹੈ ਨਾ? ਓਕੇ ਗੁਰੂ, ਹੋਰ? ਹਾਂਜੀ ਬੋਲੋ, ਕੁਛ ਨਵਾਂ ਸਿੱਖ ਸਕਦੇ। ਵੈਰੀ ਗੁੱਡ, ਹਾਂ ਬੋਲੋ। ਬਾਣੀ ਅਤੇ ਬਾਣੀ ਨਾਲ ਜੁੜਨ ਦਾ ਤਰੀਕਾ, ਬਹੁਤ ਵਧੀਆ। ਅਸਲ ਵਿੱਚ ਅਸੀਂ ਕੈਂਪਾਂ ਵਿੱਚ ਆ ਕੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਇਹ ਕਿ ਅਸੀਂ ਜੀਣਾ ਚਾਹੁੰਦੇ ਹਾਂ, ਦੂਸਰਾ ਕਿਸ ਤਰ੍ਹਾਂ ਜੀਣਾ। ਤੁਹਾਨੂੰ ਪਤਾ ਸਾਡਾ ਜਿਹੜਾ ਜੀਵਨ ਹੈ ਐਵੋਲੂਸ਼ਨ ਦੀ ਥਿਉਰੀ ਦੇ ਅਨੁਸਾਰ, ਜਾਂ ਵੈਸੇ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਜਿਹੜੀ ਧਾਰਮਿਕ ਕਿਤਾਬਾਂ ਨੇ, ਉਹ ਕਹਿੰਦੇ ਨੇ ਕਿ ਅਸੀਂ ਬਹੁਤ ਸਾਰੀਆਂ ਜੂਨਾਂ ਵਿੱਚੋਂ ਲੰਘ ਕੇ ਆਏ ਹਾਂ। ਮਤਲਬ ਆਦਮੀ ਬਣਨ ਤੋਂ ਪਹਿਲਾਂ ਅਸੀਂ ਬਹੁਤ ਕੁਛ ਬਣੇ। ਜਿਵੇਂ ਸਭ ਤੋਂ ਪਹਿਲਾਂ ਅਸੀਂ ਕੀ ਸੀ? ਸਭ ਤੋਂ ਪਹਿਲਾਂ ਇਸ ਧਰਤੀ ਵਿੱਚ ਆਏ ਪਦਾਰਥ, ਹੈ ਨਾ, ਮੈਟੀਰੀਅਲ, ਜਿਹਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਹੈ, ਹੋਰ ਆਕਾਸ਼ ਹੈ। ਫਸਟ ਜਿਹੜੀ ਸਟੇਜ ਹੈ ਲਾਈਫ ਦੀ, ਜੀਵਨ ਦੀ ਜਿਹੜੀ ਫਸਟ ਸਟੇਜ ਹੈ, ਇਹਨੂੰ ਅਸੀਂ ਕਹਿੰਦੇ ਹਾਂ ਪਦਾਰਥ ਅਵਸਥਾ, ਮੈਟੀਰੀਅਲ ਅਵਸਥਾ। ਇਹ ਪਹਿਲੀ ਅਵਸਥਾ ਹੈ ਜੀਵਨ ਦੀ ਜੋ ਅਸੀਂ ਲੰਘ ਕੇ ਆਏ ਹਾਂ। ਜਦੋਂ ਇਹ ਦੁਨੀਆ ਬਣੀ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਨਾ ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋ ਸਮੋਈ। ਤੇ ਸਭ ਤੋਂ ਪਹਿਲਾਂ ਅਸੀਂ ਪਦਾਰਥ ਅਵਸਥਾ ਵਿੱਚ ਆਏ। ਪਦਾਰਥ ਅਵਸਥਾ ਵਿੱਚ ਸਾਡੇ ਨਾਲ ਕੀ ਹੋ ਰਿਹਾ ਸੀ ਕਿ ਕੋਈ ਵੀ ਪਦਾਰਥ ਜਿਹੜਾ ਹੈ ਉਹ ਆਪਣੇ ਆਪ ਇੱਕ ਦੂਸਰੇ ਨਾਲ ਮਿਲ ਕੇ ਰਿਐਕਸ਼ਨ ਕਰਦਾ ਹੈ। ਸੋ ਇਹਦੀ ਜਿਹੜੀ ਪਦਾਰਥ ਅਵਸਥਾ ਦੀ ਜਿਹੜੀ ਐਕਟੀਵਿਟੀ ਹੈ, ਕਿਰਿਆ ਹੈਗੀ ਹੈ, ਉਹ ਹੈਗੀ ਹੈ ਫਾਰਮੇਸ਼ਨ ਡੀਫੋਰਮੇਸ਼ਨ। ਫਾਰਮੇਸ਼ਨ ਡੀਫੋਰਮੇਸ਼ਨ ਦਾ ਮਤਲਬ ਹੁੰਦਾ ਹੈਗਾ ਕਿ ਇੱਕ ਚੀਜ਼ ਬਣ ਰਹੀ ਹੈ ਉਹ ਦੂਸਰੀ ਚੀਜ਼ ਵਿਗੜ ਰਹੀ ਹੈ। ਬਹੁਤ ਛੋਟੇ ਛੋਟੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਵਾਂ। ਜਿਵੇਂ ਦੁੱਧ ਇੱਕ ਪਦਾਰਥ ਹੈ, ਅਗਰ ਉਹਦੇ ਵਿੱਚ ਅਸੀਂ ਦਹੀਂ ਪਾ ਦਿੱਤੀ ਥੋੜੀ ਜਿਹੀ, ਸਾਰਾ ਦੁੱਧ ਹੌਲੀ ਹੌਲੀ ਦਹੀਂ ਦੇ ਵਿੱਚ ਕਨਵਰਟ ਹੋਣਾ ਚਾਲੂ ਹੋ ਜਾਏਗਾ। ਕੀ ਹੋ ਰਿਹਾ? ਇੱਕ ਅਵਸਥਾ ਵਿੱਚੋਂ ਦੂਸਰੇ ਅਵਸਥਾ ਵਿੱਚ ਟ੍ਰਾਂਸਫਰ ਹੋ ਗਿਆ ਹੈਗਾ। ਤੇ ਟ੍ਰਾਂਸਫਰ ਹੋਣ ਦੀ ਜਿਹੜੀ ਅਵਸਥਾ ਹੈ ਇਹ ਦਹੀਂ ਦੇ ਵਿੱਚ ਸਾਨੂੰ ਦਿਖਾਈ ਦੇ ਰਹੀ ਹੈ, ਪਰ ਹੋ ਰਹੀ ਐਕਚੁਅਲ ਦੇ ਐਟਮਸ ਦੇ ਵਿੱਚ। ਕਿਹਦੇ ਵਿੱਚ ਹੋ ਰਹੀ ਹੈ? ਐਟਮਸ ਚੇਂਜ ਹੋ ਰਹੇ ਨਾ ਅੰਦਰ, ਲੇਕਿਨ ਸਾਨੂੰ ਦੇਖਣ ਵਿੱਚ ਕੀ ਲੱਗ ਰਿਹਾ? ਦਹੀਂ ਚੇਂਜ ਹੋ ਰਹੀ ਹੈ, ਕਿਉਂਕਿ ਬਹੁਤ ਸਾਰੇ ਐਟਮ ਜਦੋਂ ਇੱਕ ਨਾਲ ਇਕੱਠੇ ਹੋ ਜਾਂਦੇ ਤੇ ਉਹਦਾ ਬਦਲਦਾ ਰੂਪ ਸਾਨੂੰ ਦਿਖਾਈ ਦਿੰਦਾ ਹੈ। ਐਟਮ ਦਾ ਰੂਪ ਸਾਨੂੰ ਦਿਖਾਈ ਨਹੀਂ ਦੇ ਰਿਹਾ, ਪਰ ਅੰਦਰ ਕੀ ਚੇਂਜ ਹੋ ਰਿਹਾ? ਐਟਮ ਚੇਂਜ ਹੋ ਰਿਹਾ। ਇਹਦਾ ਮਤਲਬ ਹੈ ਦੁੱਧ ਦੇ ਜਿਹੜੇ ਸੈਲਸ ਨੇ ਉਹ ਟ੍ਰਾਂਸਫਰ ਹੋ ਕੇ ਦਹੀਂ ਦੇ ਸੈਲ ਵਿੱਚ ਕਨਵਰਟ ਹੋ ਰਹੇ ਨੇ। ਦੂਸਰਾ ਐਗਜ਼ਾਮਪਲ ਅਗਰ ਦੇਖੀਏ ਤੇ ਇੱਕ ਲੋਹਾ ਪਿਆ ਹੋਇਆ, ਉਹਦੇ ਉੱਤੇ ਪਾਣੀ ਪੈ ਰਿਹਾ, ਉਹਦੇ ਉੱਤੇ ਹਵਾ ਲੱਗ ਰਹੀ ਹੈ, ਕੀ ਹੋਏਗਾ? ਜੰਗ ਲੱਗ ਜਾਏਗਾ। ਇਹਦਾ ਮਤਲਬ ਜਿਹੜਾ ਲੋਹਾ ਦਾ ਐਟਮ ਹੈ, ਆਇਰਨ ਦਾ ਜਿਹੜਾ ਐਟਮ ਹੈ, ਇਹ ਕਨਵਰਟ ਹੁੰਦੇ ਹੋਏ ਅਸੀਂ ਦੇਖਦੇ ਹਾਂ ਕਿ ਹਾਂ ਲੋਹਾ ਜੰਗ ਦੇ ਵਿੱਚ ਕਨਵਰਟ ਹੋ ਗਿਆ, ਉਹਦੀ ਆਕਸੀਡਾਈਜੇਸ਼ਨ ਹੋ ਗਈ। ਲੇਕਿਨ ਇਹ ਉਹਦੇ ਵਿੱਚ ਐਟਮ ਵਿੱਚ ਹੋ ਰਿਹਾ ਹੈ ਜਾਂ ਬਾਹਰ ਕਿਤੇ ਹੋ ਰਿਹਾ? ਐਟਮ ਚੇਂਜ ਹੋ ਰਿਹਾ ਨਾ, ਲੇਕਿਨ ਸਾਨੂੰ ਦੇਖਣ ਵਿੱਚ ਕੀ ਲੱਗ ਰਿਹਾ ਕਿ ਉਹ ਬਾਹਰ ਦੀ ਤਰਫ ਚੇਂਜ ਹੋ ਰਿਹਾ। ਐਕਚੁਅਲ ਚੇਂਜਿੰਗ ਉਹਦੇ ਐਟਮ ਵਿੱਚ ਹੋ ਰਹੇ ਨੇ, ਉਹਦੇ ਐਟਮ ਦੂਸਰੇ ਕਿਸੇ ਚੀਜ਼ ਦੇ ਸੰਪਰਕ ਵਿੱਚ ਆ ਕੇ ਆਪਣਾ ਸਰੂਪ ਚੇਂਜ ਕਰ ਰਹੇ ਨੇ। ਤੇ ਸਾਰੀ ਦੁਨੀਆ ਵਿੱਚ ਜਿਤਨਾ ਵੀ ਚੇਂਜਸ ਹੁੰਦਾ ਹੈ, ਜੋ ਕੁਛ ਵੀ ਚੇਂਜ ਹੋ ਰਿਹਾ, ਉਹ ਚੇਂਜ ਹੋਣ ਦਾ ਆਧਾਰ ਹੈ, ਹੋਰ ਕੁਛ ਚੇਂਜ ਨਹੀਂ ਹੁੰਦਾ। ਜੋ ਕੁਛ ਵੀ ਚੇਂਜ ਹੁੰਦਾ ਐਟਮ ਵਿੱਚ ਹੁੰਦਾ। ਜਦੋਂ ਬਹੁਤ ਸਾਰੇ ਐਟਮ ਇਕੱਠੇ ਚੇਂਜ ਹੋ ਜਾਂਦੇ ਤਾਂ ਉਹਦਾ ਪਰਿਵਰਤਨ ਸਾਨੂੰ ਦਿਖਾਈ ਦਿੰਦਾ ਹੈ ਕਿ ਸਾਡੇ ਸਰੀਰ ਵਿੱਚ ਲੋਹਾ ਵੀ ਹੈ, ਸਾਡੇ ਸਰੀਰ ਵਿੱਚ ਕੈਲਸ਼ੀਅਮ ਵੀ ਹੈ, ਸਾਡੇ ਸਰੀਰ ਵਿੱਚ ਵਾਟਰ ਵੀ ਹੈ। ਤੇ ਇਹ ਸਾਰੇ ਜਿਹੜੇ ਪਦਾਰਥ ਨੇ ਉਹ ਆਲਰੇਡੀ ਹੁਣ ਤੱਕ ਸਾਡੇ ਸਰੀਰ ਵਿੱਚ ਹੈ ਕਿ ਨਹੀਂ? ਹੈਗੇ ਨੇ ਨਾ, ਇਹਨਾਂ ਤੋਂ ਅਲੱਗ ਤੇ ਨਹੀਂ ਹੈ ਅਸੀਂ। ਤੇ ਇਹਨਾਂ ਦਾ ਇੱਕ ਸਰੂਪ ਸਾਡੇ ਅੰਦਰ ਪਿਆ ਹੋਇਆ, ਉਹ ਹਰ ਸੈਕਿੰਡ ਚੇਂਜ ਹੁੰਦਾ ਰਹਿੰਦਾ। ਜਦੋਂ ਉਹ ਚੇਂਜ ਹੋ ਰਿਹਾ ਉਸ ਸਮੇਂ ਅਸੀਂ ਬਾਹਰ ਦੇਖ ਪਾਉਂਦੇ ਹਾਂ, ਜਿਵੇਂ ਇੱਕ ਨਵਾਂ ਬੱਚਾ ਹੈ ਉਹਦੇ ਅੰਦਰ ਵਾਟਰ ਸਭ ਤੋਂ ਜ਼ਿਆਦਾ ਹੁੰਦਾ ਹੈ, ਉਹਦਾ ਚਿਹਰਾ ਚਮਕ ਰਿਹਾ ਹੁੰਦਾ, ਕਹਿੰਦੇ ਯਾਰ ਇਹਦੀ ਸਕਿਨ ਕਿੰਨੀ ਅੱਛੀ ਹੈ, ਕਿਉਂ ਉਹਦੇ ਵਿੱਚ ਵਾਟਰ ਬਹੁਤ ਜ਼ਿਆਦਾ ਹੋਣੇ। ਜਿਵੇਂ ਜਿਵੇਂ ਏਜ ਵਧਦੀ ਹੈ ਸਕਿਨ ਜਿਹੜੀ ਉਹ ਖਰਾਬ ਹੁੰਦੀ ਹੈ, ਬੁਢਾਪੇ ਵਿੱਚ ਆ ਕੇ ਸਕਿਨ ਬਿਲਕੁਲ ਲਾਸਟ ਸਟੇਜ ਵਿੱਚ ਪਹੁੰਚ ਜਾਂਦੀ ਹੈ, ਤੇ ਦੇਖਦੇ ਆ ਸਕਿਨ ਕੀ ਹੋ ਜਾਂਦੀ ਤੂੰ। ਉਹਦੇ ਅੰਦਰ ਐਟਮਸ ਚੇਂਜ ਹੋ ਰਹੇ ਨੇ ਜਾਂ ਕੁਛ ਹੋਰ ਚੇਂਜ ਹੋ ਰਿਹਾ? ਐਟਮਸ ਚੇਂਜ ਹੋ ਰਹੇ ਨੇ,
ਸੋ ਬੋਡੀ ਦੇ ਵਿੱਚ ਵੀ ਪਦਾਰਥ ਦੀ ਇਹ ਅਵਸਥਾ ਆਲਰੇਡੀ ਚੱਲ ਰਹੀ ਹੈ ਹੋਰ ਤੇ ਸਾਡੀ ਬੋਡੀ ਵਿੱਚ ਨਹੀਂ ਚੱਲਦੀ ਹੈ ਕੁਦਰਤ ਦਾ ਕੋਈ ਵੀ ਅੰਗ ਅਣ ਜਿਹੜਾ ਹੈ ਕੁਦਰਤ ਦਾ ਇੱਕ ਕਣ ਵੀ ਜਿਹੜਾ ਹੈਗਾ ਉਹ ਐਸਾ ਨਹੀਂ ਹੈ ਜਿਹਦੇ ਵਿੱਚ ਇਹ ਅਵਸਥਾ ਹੁਣ ਚੱਲ ਨਾ ਰਹੀ ਹੋਵੇ ਇਹ ਐਕਟੀਵਿਟੀ ਪੂਰੀ ਕੁਦਰਤ ਪੂਰੇ ਬ੍ਰਹਿਮੰਡ ਵਿੱਚ ਚੱਲ ਰਹੀ ਹੈ ਪੂਰੇ ਯੂਨੀਵਰਸ ਵਿੱਚ ਇਹ ਐਕਟੀਵਿਟੀ ਚੱਲ ਰਹੀ ਹੈ ਹੋਰ ਜੋ ਕੁਛ ਵੀ ਬਣ ਰਿਹਾ ਹੋਰ ਜੋ ਕੁਛ ਵੀ ਵਿਗੜ ਰਿਹਾ ਉਹ ਇਸੇ ਸਿਸਟਮ ਨਾਲ ਹੋ ਰਿਹਾ ਇਸ ਨੂੰ ਰਿਪੀਟ ਕਰੀਏ ਇੱਕ ਵਾਰ ਕਿ ਜੋ ਕੁਛ ਵੀ ਪੂਰੇ ਯੂਨੀਵਰਸ ਦੇ ਵਿੱਚ ਚੇਂਜਸ ਹੋ ਰਹੀਆਂ ਨੇ ਜੋ ਬਣ ਰਿਹਾ ਔਰ ਜੋ ਵਿਗੜ ਰਿਹਾ ਉਹ ਇਸੇ ਸਿਸਟਮ ਨਾਲ ਹੋ ਰਿਹਾ ਇਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਫੋਰਮੇਸ਼ਨ ਡੀਫੋਰਮੇਸ਼ਨ ਇਹਨੂੰ ਗੁਰਮਤ ਦੇ ਜਿਹੜੀ ਸ਼ਬਦਾਵਲੀ ਹੈ ਉਹਦੇ ਵਿੱਚ ਕੀ ਕਹਿੰਦੇ ਆ ਸੰਜੋਗ ਵਿਜੋਗ ਸੰਜੋਗ ਵਿਜੋਗ ਹੁਣ ਤੁਸੀਂ ਕੋਈ ਵਰਡ ਨਹੀਂ ਪੁੱਛ ਤੁਹਾਨੂੰ ਯਾਦ ਆ ਜਾਏਗੀ ਸੰਜੋਗ ਵਿਜੋਗ ਚਲਾਵਾ ਹੈ ਹੁਣ ਤੱਕ ਅਸੀਂ ਕੀ ਸਮਝਦੇ ਸੀ ਕਿ ਸੰਜੋਗ ਵਿਜੋਗ ਦਾ ਮਤਲਬ ਮਿਲਣਾ ਹੋਰ ਵਿਛੜਨਾ ਇਹੀ ਸਮਝਦੇ ਸੀ ਨਾ ਮਨੁੱਖਾਂ ਦੇ ਮਿਲਣੇ ਹੋਰ ਵਿਛੜ ਦੇ ਨਾਲ ਦੁਨੀਆਂ ਦੇ ਸਾਰੇ ਕੰਮ ਤੇ ਨਹੀਂ ਚੱਲ ਰਹੇ ਸਾਰੇ ਕੰਮ ਤੇ ਇਸ ਸਿਸਟਮ ਤੋਂ ਚੱਲ ਰਹੇ ਨੇ ਨਾ ਮੰਨ ਲਓ ਕਿ ਪਦਾਰਥ ਅਵਸਥਾ ਵਿੱਚ ਔਰ ਪਲਾਂਟ ਅਵਸਥਾ ਦੇ ਵਿੱਚ ਮਿਲਣਾ ਵਿਛੜਨਾ ਨਹੀਂ ਹੋ ਰਿਹਾ ਪਰ ਉੱਥੇ ਵੀ ਕੰਮ ਤੇ ਚੱਲ ਰਹੇ ਆ ਨਾ ਰੱਬ ਨੇ ਜੋ ਸਿਸਟਮ ਬਣਾਇਆ ਉਹ ਤੇ ਚੱਲ ਰਹੇ ਆ ਨਾ ਸੋ ਇਹ ਜਿਹੜਾ ਹੁਣ ਤੱਕ ਅਸੀਂ ਪੜ੍ਹ ਰਹੇ ਸੀ ਸੰਜੋਗ ਵਿਜੋਗ ਦੁਈ ਕਾਰ ਚਲਾਵੇ ਲੇਖੇ ਆਵੇ ਭਾਗ ਇਹਦਾ ਮਤਲਬ ਕੀ ਹੋਇਆ ਕਿ ਇਹ ਪੂਰੇ ਯੂਨੀਵਰਸ ਵਿੱਚ ਜੋ ਕੁਛ ਵੀ ਹੋ ਰਿਹਾ ਇਹ ਸੰਜੋਗ ਵਿਜੋਗ ਨਾਲ ਹੋ ਰਿਹਾ ਉਹ ਲੇਖੇ ਆਵੇ ਭਾਗ ਦਾ ਮਤਲਬ ਹੈ ਕਿ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਰੱਬ ਨੇ ਭਾਗ ਦੇ ਰੂਪ ਵਿੱਚ ਪਹਿਲੇ ਹੀ ਰੱਖ ਦਿੱਤੇ ਨੇ ਕੀ ਫੋਰਮੇਸ਼ਨ ਹੈ ਪਾਣੀ ਦੀ H2 ਓਕੇ ਕਦੇ ਐਸਾ ਹੋ ਸਕਦਾ ਹੈ ਕਿ ਜਦੋਂ ਇਹਦਾ ਡੀਫੋਰਮੇਸ਼ਨ ਹੋਏਗਾ ਤੇ ਆਕਸੀਜਨ 3 ਪਾਰਟ ਨਿਕਲੇ ਹਾਈਡਰੋਜਨ 2 ਪਾਰਟ ਨਿਕਲੇ ਪੋਸੀਬਲ ਹੈ ਕੀ ਹੋਏਗਾ H2 ਨਿਕਲੇਗਾ ਹੋਰ O 1 ਨਿਕਲੇਗਾ ਸੋ ਇਹ ਫਿਕਸਡ ਹੈ ਕਿ ਚੇਂਜ ਵੀ ਹੋ ਸਕਦਾ ਟਾਈਮ ਟੂ ਟਾਈਮ ਦਿਸ ਇਜ਼ ਯੂਨੀਵਰਸਲ ਲਾਅ ਔਰ ਦਿਸ ਇਜ਼ ਟੈਂਪਰੇਰੀ ਲਾਅ ਰੱਬ ਦੇ ਬਣਾਏ ਨਿਯਮ ਕਦੀ ਚੇਂਜ ਨਹੀਂ ਹੁੰਦੇ ਜਦੋਂ ਵੀ ਅਸੀਂ ਸੰਜੋਗ ਵਿਜੋਗ ਦੀ ਗੱਲ ਕਰਾਂਗੇ ਲੇਖੇ ਆਵਹਿ ਭਾਗ ਦਾ ਮਤਲਬ ਜੋ ਲੋਸ ਨੇ ਉਹ ਪਹਿਲਾਂ ਤੋਂ ਲਿਖੇ ਹੋਏ ਲੋਸ ਕਿਵੇਂ ਪਹਿਲਾਂ ਤੋਂ ਲਿਖੇ ਹੋਏ ਲਾਅ ਆਫ ਨੇਚਰ ਗੁਰਬਾਣੀ ਵਿੱਚ ਹਰ ਚੀਜ਼ ਨੂੰ ਲਾਅ ਆਫ ਨੇਚਰ ਦੇ ਨਾਲ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ